ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ਮਸ਼ੇਰ ਸਿੰਘ ਬੜੈਲ ਜੇਲ੍ਹ 'ਚੋਂ 42 ਦਿਨ ਦੀ ਛੁੱਟੀ ਪਰੋਲ 'ਤੇ ਆਇਆ ਹੋਇਆ ਹਾਂ। ਅੱਜ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ, ਦੱਸਦਾ ਹਾਂ ਕਿ ਸਿੱਖ ਰਿਲੀਫ ਫੰਡ ਜੋ ਇੱਕ ਸੰਸਥਾ ਹੈ ਭਾਈ ਜੋਗਾ ਸਿੰਘ ਅਤੇ ਭਾਈ ਵੈਦ ਸਿੰਘ ਉਹਨਾਂ ਦੀ, ਜੋ ਪਿਛਲੇ 7 ਸਾਲਾਂ ਤੋਂ ਸਾਡੀ ਬਹੁਤ ਸੇਵਾ ਕਰ ਰਹੇ, ਜਿਹੜੇ ਸਿੰਘ ਬੰਦੀ ਸਿੰਘ ਹਨ ਉਹਨਾਂ ਦੇ ਪਰਿਵਾਰਾਂ ਦੀ ਅਤੇ ਕੇਸਾਂ ਦੇ ਲੜ ਰਹੇ ਹਨ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਸਮੂਹ ਸੰਗਤ ਨੂੰ, ਕੌਮ ਨੂੰ ਅਸੀਂ ਬੇਨਤੀ ਕਰਦੇ ਹਾਂ, ਬਾਹਰਲੀਆਂ ਸੰਪਰਦਾਵਾਂ ਨੂੰ ਵੀ, ਕਿ ਇਹ ਸਾਰੀਆਂ ਮਿਲ ਕੇ ਇਹ ਸੰਪਰਦਾ ਦੀਆਂ ਰਿਲੀਫ ਫੰਡ ਵਾਲਿਆਂ ਦੀਆਂ ਮਦਦ ਕਰਨ, ਤਾਂ ਕਿ ਜਿਹੜੇ ਸਿੰਘ ਜੇਲ੍ਹਾਂ ਵਿੱਚ ਬੰਦ ਹਨ ਅਤੇ ਉਹਨਾਂ ਦੇ ਪਰਿਵਾਰ ਉਹਨਾਂ ਦੀ ਪੜ੍ਹਾਈ ਦਾ ਖਰਚਾ ਜੋ ਵੀ ਹੈ ਕਰਦੇ ਹਨ, ਤਾਂ ਸਾਰੇ ਮਿਲ ਕੇ ਕਰਨ, ਤਾਂ ਕਿ ਉਹ ਦੁਬਾਰਾ ਪਰਿਵਾਰ ਆਪਣੇ ਆਪ ਸੈੱਟ ਹੋ ਜਾਣ। ਅਤੇ ਉਹਨਾਂ ਦੇ ਪਰਿਵਾਰਾਂ ਦੀ ਬੜੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਉਹਨਾਂ ਦੀ ਮਦਦ ਹੋ ਰਹੀ। ਅਸੀਂ ਇਹਨਾਂ ਦੇ ਸਮੂਹ ਸੰਗਤ ਸਿੰਘ ਬੰਦੀ ਸਿੰਘ ਇਹਨਾਂ ਦੀ ਪੂਰੀ ਹਿਮਾਇਤ ਕਰਦੇ ਹਾਂ ਕਿ ਇਹ ਬੜੀ ਚੰਗਾ ਕੰਮ ਕਰ ਰਿਹਾ ਅਤੇ ਸਾਰੀ ਕੌਮ ਨੂੰ ਮਿਲ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।